ਹੈ ਪਹਿਲੇ ਨੰਬਰ ਤੇ ਪੰਜਾਬ ਨੂੰ ਇੱਕ ਸਾਲ ਦੇ ਵਿੱਚ ਕਰ ਦੂੰ ਠੀਕ ਹੈ ਕਿ ਨਹੀਂ ਪਹਿਲੇ ਨੰਬਰ ਦੇ ਉੱਤੇ ਨਾ ਮੇਰੇ ਕੋਲ ਆਪਣੀ ਕੋਠੀ ਹੋਊਗੀ ਨਾ ਮੈਂ ਬੋਡੀਗਾਰਡ ਕੋਈ ਰੱਖੂੰਗਾ ਨਾ ਮੇਰੇ ਕੋਲ ਅਸਲਾ ਕੋਈ ਹੋਊਗਾ ਠੀਕ ਹੈ ਮੈਂ ਜਿਹੜਾ ਇੱਥੇ ਪੰਜਾਬ ਵਿੱਚ ਵੀ ਜਿਹਨਾਂ ਕੋਲ ਅਸਲਾ ਪਹਿਲਾਂ ਮੈਂ ਅਸਲਾ ਬੰਦ ਕਰਾਉਣਾ ਅਸਲਾ ਜਮ੍ਹਾਂ ਕਰਾਉਣਾ ਕੋਈ ਨਹੀਂ ਮਿਲਣਾ ਜਿੱਦਾਂ ਬਾਹਰਲੀਆਂ ਕੰਟਰੀਆਂ ਵਿੱਚ ਪ੍ਰਾਈਵੇਟ ਅਸਲਾ ਕਿਸੇ ਕੋਲ ਵੀ ਹੈ ਨੀਗਾ ਹੈ ਉਹ ਪਹਿਲਾਂ ਮੈਂ ਬੰਦ ਕਰਾਉਣਾ ਤਾਂ ਹੀ ਫਿਰ ਜਰਮਨੀ ਅਮਰੀਕਾ ਕੈਨੇਡਾ ਬਣੂਗਾ ਜਦੋਂ ਅਸਲਾ ਅਸੀਂ ਲੈਂਦੇ ਹਾਂ ਗੋਲੀ ਚਲਾ ਦਿੰਦੇ ਕੋਈ ਡਾਂਗ ਸੋਟਾ ਮਾਰ ਦੋਗੇ ਤਾਂ ਬਚਾਅ ਹੋ ਜਾਊਗਾ ਸਿੱਧੀਆਂ ਤੁਸੀਂ ਗੋਲੀਆਂ ਮਾਰਦੇ ਤੁਹਾਨੂੰ ਅਸਲਾ ਰੱਖਣਾ ਆਉਂਦਾ ਹੀ ਨੀਗਾ ਠੀਕ ਹੈ ਅਸਲਾ ਘਰ ਰੱਖੀਦਾ ਹੁੰਦਾ ਜੇ ਕੋਈ ਬਾਹਰੋਂ ਬੰਦਾ ਆ ਕੇ ਫੈਰ ਕਰੀਦਾ ਤੁਸੀਂ ਗੱਡੀਆਂ ਵਿੱਚ ਲਿਜਾ ਕੇ ਬਦਮਾਸ਼ੀ ਕਰਦੇ ਆ ਸੜਕ ਦੇ ਉੱਤੇ ਜਾ ਕੇ ਇਹ ਕਿਹੜਾ ਕੰਮ ਹੈ ਬੰਗਿਆਂ ਤੋਂ ਲੈ ਕੇ ਨਾ ਮੈਨੂੰ ਆਨੰਦਪੁਰ ਸਾਹਿਬ ਤੋਂ ਬਹੁਤ ਮੁੰਡਿਆਂ ਦੀ ਜਾਨੀ ਕਿ ਸਪੋਰਟ ਆ ਰਹੀ ਆ ਬਹੁਤ ਬੰਦੇ ਮੇਰੇ ਫੈਨ ਬਣੇ ਆ ਬਹੁਤ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਆਪਣੇ ਨਿਆਣਿਆਂ ਨਾਲੋਂ ਵੀ ਜ਼ਿਆਦਾ ਬਹੁਤ ਜਾਨੀ ਕਿ ਸਪੋਰਟ ਕਰਦੇ ਆ ਤੇ ਮੈਂ ਵੀ ਉਹਨਾਂ ਦੀ ਪੂਰੀ ਸਪੋਰਟ ਕਰੂੰਗਾ ਠੀਕ ਹੈ ਨਾ ਮੈਂ 10 ਕਦੇ ਕਰਨੇ ਆ ਰੋਡ ਬਣਾਉਣ ਨੂੰ ਠੀਕ ਹੈ ਨਾ ਜਿਹੜੇ ਇੱਥੇ ਮੰਤਰੀ ਆ ਇਹ ਦਸਤਖਤ ਕਰਨ ਨੂੰ ਸ਼ਰਮ ਆਉਂਦੀ ਹੈ ਇਹਨਾਂ ਨੂੰ ਇਹ ਦਸਤਖਤ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਕੁੰਡੀ ਨਹੀਂ ਲੱਗਣੀ ਵਿੱਚੋਂ ਮੈਂ ਸਿਰਫ ਦਸਤਖਤ ਹੀ ਕਰਨੇ ਆ ਠੀਕ ਹੈ ਟੋਲ ਪਲਾਜ਼ਾ ਚੱਕ ਦੋ ਸਾਰੇ ਜਿੰਨੇ ਜੇਲੀ ਸਾਰੇ ਰਿਹਾ ਜੇਲ੍ਹ ਦੇ ਇੱਕ ਵਾਰੀ ਮੈਂ ਮੌਕਾ ਦੇ ਦੇਣਾ ਕੋਈ ਗੱਲ ਨਹੀਂ ਇਹਨਾਂ ਨੂੰ ਦੇ ਦਿਓ ਮੌਕਾ ਕੁਛ ਨਹੀਂ ਕਰਦੇ ਇੱਕ ਵਾਰੀ ਦੇ ਦਿਓ ਜੀਣ ਦਾ ਮੌਕਾ ਕੋਈ ਗੱਲ ਨਹੀਂ ਇਹ ਘੁੱਟ ਘੁੱਟ ਕੇ ਨਹੀਂ ਮਾਰਨੇ ਜੇਲ੍ਹ ਦੇ ਵਿੱਚੋਂ ਰਿਹਾ ਕਰ ਦੇਣੇ ਠੀਕ ਹੈ ਬੰਗਿਆਂ ਤੋਂ ਲੈ ਕੇ ਆਨੰਦਪੁਰ ਸਾਹਿਬ ਨੂੰ ਤਿੰਨ ਟਰੈਕ ਜਿੱਦਣ ਕਾਸਮ ਕਿਤੇ ਖਾਲੀ ਨਾ ਗਲਤੀ ਦੇ ਨਾਲ ਉਦਣ ਹੀ ਕੰਮ ਕਰ ਦੂੰਗਾ ਦਸਤਖਤ ਦਾ ਇੱਦਾਂ ਤਿੰਨ ਟਰੈਕ ਉਦਣ ਹੀ ਚੱਲਣਗੇ ਬਲਡੋਜ਼ਰ ਉੱਥੇ ਤਿੰਨ ਟਰੈਕ ਡਾਇਰੈਕਟ ਆਨੰਦਪੁਰ ਸਾਹਿਬ ਨੂੰ ਇੱਦਾਂ ਦੀ ਧਰਤੀ ਬਣਾਵਾਂਗਾ ਇੱਦਾਂ ਦੇ ਪਿੰਡ ਬਣਾਵਾਂਗਾ ਜਰਮਨੀ ਨਾਲੋਂ ਵੀ ਵਧੀਆ ਹੋਣਗੇ ਦੇਖਣ ਵਾਲੇ ਕਿਉਂਕਿ ਮੈਂ ਇੱਥੇ ਰਿਹਾ ਹਾਂ ਵੀਡੀਓ ਬਹੁਤ ਲੰਮੀ ਹੋ ਗਈ ਬਾਕੀ ਇੱਦਾਂ ਆ ਬਈ ਆ ਲੁਧਿਆਣਾ ਦੇਖ ਲਓ ਉੱਥੇ ਦਾ ਡੀਸੀ ਦੇਖ ਲਓ ਸਾਡੇ ਪੰਜਾਬੀਆਂ ਨੇ ਦੁਬਈ ਦੇ ਵਿੱਚ ਮਿਹਨਤਾਂ ਕਰਕੇ ਐਡੀਆਂ ਬਿਲਡਿੰਗਾਂ ਬਣਾਤੀਆਂ ਦੋਹਾ ਕਤਰ ਇੱਦਾਂ ਦੀਆਂ ਬਿਲਡਿੰਗਾਂ ਬਣਾਤੀਆਂ ਜਹਾਜ਼ ਉਤਰਦਾ ਪਤਾ ਲੱਗਦਾ ਦੋਹਾ ਕਤਰ ਦੁਬਈ ਆ ਗਿਆ ਠੀਕ ਹੈ ਆ ਸਾਡੇ ਲੁਧਿਆਣਾ ਦੇਖ ਲਓ ਉਹ ਘੰਟੂ ਘਰ ਜਿਹਾ ਇੱਕ ਨਾਲ ਇੱਕ ਰੇਲਵੇ ਸਟੇਸ਼ਨ ਉਹ ਅੰਗਰੇਜ਼ਾਂ ਦੇ ਟੀਮ ਦਾ ਰੇਲਵੇ ਸਟੇਸ਼ਨ ਹੈ ਉਹ ਨਹੀਂ ਹਜੇ ਤੱਕ ਕਲੀਅਰ ਇਹਨਾਂ ਕੋਲ ਬਣਿਆ ਸਹੀ ਉਹਨੂੰ ਰੰਗ ਨਹੀਂ ਮੈਨੂੰ ਮੈਂ ਉਹੋ ਹੀ ਬੋਰਡ ਹੈ ਉਹੋ ਹੀ ਲਿਖਿਆ ਉਹਨਾਂ ਨੇ ਉਹੋ ਹੀ ਪਟੜੀਆਂ ਜੀ ਉੱਥੇ ਬਣਾਈਆਂ ਉਹ ਚੇਂਜ ਨਹੀਂ ਹੁੰਦਾ ਜਿਹੜਾ ਲੁਧਿਆਣੇ ਦਾ ਜੀਸੀ ਹੈ ਕੀ ਕਰਦਾ ਕੀ ਹੈ ਇਹ ਕਿਉਂ ਨਹੀਂ ਬੰਦਿਆਂ ਨੂੰ ਇਜਾਜ਼ਤ ਦਿੰਦਾ ਪ੍ਰਾਈਵੇਟ ਬੰਦਿਆਂ ਨੂੰ ਬਿਲਡਿੰਗਾਂ ਬਣਾਓ ਉੱਚੀਆਂ ਬਿਲਡਿੰਗਾਂ ਬਣਾਓ ਪ੍ਰਾਈਵੇਟ ਬੰਦਿਆਂ ਨੂੰ ਹੈ ਉਹ ਟੁੱਟੇ ਟੁੱਟੇ ਜਿਹੇ ਮਕਾਨ ਵਾ ਇੱਧਰ ਮਕਾਨ ਵਾ ਮੇਰਾ ਜੀ ਕਰਦਾ ਨਾ ਬਲਡੋਜ਼ਰ ਫੇਰ ਕੇ ਉੱਥੇ ਨਾ ਜੋਧੇ ਵਾਲ ਬਸਤੀ ਇੱਕ ਪਾਸੋਂ ਸ਼ੁਰੂ ਕਰਕੇ ਇੱਦਾਂ ਦੀਆਂ ਬਿਲਡਿੰਗਾਂ ਬਣਾਵਾਂ ਜਿਹੜੇ ਚੰਗੇ ਟੌਪ ਦੇ ਇੰਜੀਨੀਅਰ ਵਾ ਭਾਵੇਂ ਜਿੰਨਾ ਮਰਜ਼ੀ ਖਰਚਾ ਆ ਜਾਵੇ ਵਧੀਆ ਵਧੀਆ ਰੱਖ ਕੇ ਬਣਾਓ ਕੋਈ ਪਾਰਕਾਂ ਬਣਾਓ ਕੋਈ ਘਾਹ ਲਾਵੋ ਕੋਈ ਦਰਖਤ ਲਾਵੋ ਹੈ ਉਹ ਨਹੀਂ ਲੱਗਦੇ ਹੈਗੇ ਪਤਾ ਨਹੀਂ ਕਿੱਥੇ ਸੁੱਤੇ ਪਏ ਆ ਕੀ ਕਰਦੇ ਆ ਕੀ ਨਹੀਂ ਕਰਦੇ ਹੈ ਅਖੇ ਲੁਧਿਆਣਾ ਮਹਾਨਗਰ ਸ਼ਹਿਰ ਬਣਾਇਆ ਇਹਨਾਂ ਨੇ ਹੈ ਫੇਰ ਦੇਖ ਲਓ ਤੁਸੀਂ ਪਿੰਡਾਂ ਦਾ ਜਰਮਨੀ ਦੇ ਵਿੱਚ ਇੱਦਾਂ ਦੇ ਪਿੰਡ ਨੇ ਨਾ ਮੈਨੂੰ ਮੈਂ ਸਵਰਗ ਚ ਨਹੀਂ ਪਿੰਡ ਹੋਣੇ ਠੀਕ ਹੈ ਇੰਨੇ ਵਧੀਆ ਨਾਈਸ ਪਿੰਡ ਨੇ ਜਿੱਦਾਂ ਦਾ ਤੁਹਾਡਾ ਲੁਧਿਆਣੇ ਦਾ ਰੇਲਵੇ ਸਟੇਸ਼ਨ ਹੈ ਇੱਦਾਂ ਦੇ ਇੱਥੇ ਪਿੰਡਾਂ ਦੇ ਰੇਲਵੇ ਸਟੇਸ਼ਨ ਹੈ ਠੀਕ ਹੈ ਜਿੱਡੇ ਜਿੱਡੇ ਇੱਥੇ ਰੇਲਵੇ ਸਟੇਸ਼ਨ ਤੁਹਾਡੇ ਐਡੇ ਏਅਰਪੋਰਟ ਹੈ ਨੀਗੇ ਠੀਕ ਹੈ ਐਡੀ ਐਡਵਾਂਸ ਕੰਟਰੀ ਅੱਗੇ ਨੂੰ ਆ ਰਹੀ ਹੈ ਤੁਸੀਂ ਪਿੱਛੇ ਨੂੰ ਜਾਈ ਜਾਂਦੇ 40 ਸਾਲ ਹੋ ਗਏ ਉੱਥੇ ਦੇ ਉੱਥੇ ਹੀ ਖੜੇ ਆ ਕੋਈ ਤੁਹਾਡੀ ਸੋਚ ਨਹੀਂ ਚੰਗੀ ਵਧੀਆ ਲੱਗੇ ਹਾਂ ਕੋਈ ਜਨਾਨੀ ਜਾ ਨਹੀਂ ਸਕਦੀ ਵਿਚਾਰੀ ਇਕੱਲੀ ਨਹੀਂ ਕਿਤੇ ਜਾ ਸਕਦੀ ਜੇ ਕਿਤੇ ਕੋਲ ਦੀ ਲੰਘ ਗਏ ਏਦਾਂ ਉਹਦੇ ਬਣ ਗੌਰ ਨਾਲ ਦੇਖਦੇ ਆ ਜਦ ਤੱਕ ਗਲੀ ਦੇ ਓਹਲੇ ਨਹੀਂ ਹੁੰਦੀ ਉੱਥੇ ਤੱਕ ਉਦੋਂ ਅੱਖਾਂ ਨਹੀਂ ਚੱਕਦੇ ਹੈਗੇ ਇਹੀ ਕੰਮ ਤੁਹਾਨੂੰ ਰਹਿ ਗਿਆ ਇੱਥੇ ਹੋਰ ਕੋਈ ਕੰਮ ਹੀ ਨੀਗਾ ਹੈਗਾ ਹੈ ਔਰਤ ਸੇਵ ਨਹੀਂ ਗੀ ਹੈਗੀ ਤੁਸੀਂ ਨਸ਼ੇ ਕਰੀ ਜਾਓ ਕੋਈ ਗੱਲ ਨਹੀਂ ਡੀਸੀ ਨੂੰ ਕੋਈ ਪਤਾ ਹੀ ਨੀਗਾ ਕੀ ਕਰਨਾ ਕੀ ਨਹੀਂ ਕਰਨਾ ਉਹਨੇ ਹੈ ਫਿਰ ਮੈਂ ਸਹੀ ਕਿਹਾ ਸੀਗਾ ਹੈਲੀਕਾਪਟਰ ਦੇਣੇ ਆ ਸਹੀ ਕਿਹਾ ਸੀ ਕਿ ਨਹੀਂ 46,000 ਕਰੋੜ ਦੇ ਫਰਾਂਸ ਤੋਂ ਹੈਲੀਕਾਪਟਰ ਲੈਣ ਦਾ ਕੀ ਫਾਇਦਾ ਸੀਗਾ ਔਰ ਜਿਹੜੇ ਦੂਸਰੇ ਜਹਾਜ਼ ਔਰ ਫੈਲ ਜਹਾਜ਼ ਖਰੀਦਣਾ ਉਹਨਾਂ ਕੀ ਫਾਇਦਾ ਸੀ ਤੇ 46,000 ਕਰੋੜ ਦੇ ਇੱਥੇ ਇੰਡੀਆ ਨੂੰ ਜਿੰਨੇ ਮਰਜ਼ੀ ਦੇ ਦਿਓ ਹੈਲੀਕਾਪਟਰ ਜੱਜਾਂ ਨੂੰ ਆਉਂਦੇ ਆ ਪੰਜਾਬ ਦੇ ਪੁਲਿਸ DGP ਨੂੰ ਆਉਂਦੇ ਆ ਹੈ ਫਿਰ ਹਸਪੀਟਲਾਂ ਨੂੰ ਆਉਂਦੇ ਆ ਨਹੀਂ ਤਾਂ ਕਰ ਲਓ ਉਹਦੀ ਕੈਲਕੂਲੇਸ਼ਨ ਕਰਕੇ ਦੱਸ ਦਿਓ ਮੈਨੂੰ ਵੀ ਨਹੀਂ ਆਉਂਦੇ ਮੈਂ ਇਸ ਤਰ੍ਹਾਂ ਕਹਿੰਦਾ ਵੀ ਇਸ ਤਰ੍ਹਾਂ ਮਿਲ ਸਕਦੇ ਆ
ਅਮਰੀਕਾ ਦਾ ਦੇਖੋ ਜੱਜ ਟੌਰ ਨਾਲ ਤੁਰਿਆ ਜਾਂਦਾ ਹੈਲੀਕਾਪਟਰ ਦੇ ਉੱਤੇ ਹੈ ਸਾਡੇ ਇੱਥੇ ਅੰਬੈਸਡਰ ਕਾਰਾਂ ਦਿੱਤੀਆਂ 100 ਸਾਲ ਪੁਰਾਣੀਆਂ ਉਹਨਾਂ ਨੂੰ ਹੈ ਉਹੀ ਜਿਹੀ ਰੱਖਦੇ ਆ ਕੋ ਪਤਾ ਲੱਗੇ ਵੀ ਜੱਜ ਸਾਹਿਬ ਜਾਂਦੇ ਨੇ ਅੱਛਾ ਲੜੀਆਂ ਅਦਾਲਤਾਂ ਨੂੰ ਮੈਂ ਕਹਿੰਦਾ ਹਾਈ ਕੋਰਟ ਸੁਪਰੀਮ ਕੋਰਟ ਦੇ ਪੁਲਿਸ ਦੇ ਜਿਹੜੇ DGP ਦੂਸਰੇ ਜਿਹੜੇ ਹੋਸਪਿਟਲ ਉਹਨਾਂ ਨੂੰ ਠੀਕ ਹੈ ਫਿਰ ਵਿਜੇ ਮਾਲਿਆ ਪੈਸੇ ਲੈ ਕੇ ਨੱਠ ਕੇ ਖੁਸ਼ ਹੋਈ ਜਾਂਦੇ ਆ ਬੰਦੇ ਵਿਜੇ ਮਾਲਿਆ ਪੈਸੇ ਲੈ ਕੇ ਨੱਠ ਗਏ ਇੰਗਲੈਂਡ ਬੰਦੇ ਖੁਸ਼ ਹੋ ਉਹ ਬੇਕੂਫ ਤੁਸੀਂ ਕਾਹਦੇ ਖੁਸ਼ ਹੁੰਦੇ ਜੋ ਪੈਸੇ ਲੈ ਕੇ ਨੱਠ ਗਿਆ ਤੁਹਾਡਾ ਪੈਸਾ ਲੈ ਕੇ ਨੱਠ ਗਿਆ ਤੁਸੀਂ ਖੁਸ਼ ਹੋ ਰਹੇ ਹੋ ਤੁਸੀਂ ਟੈਕਸ ਦਿੱਤਾ ਸੀ ਤੁਸੀਂ ਗੌਰਮੈਂਟ ਨੇ ਨਹੀਂ ਦਿੱਤਾ ਤੁਸੀਂ ਟੈਕਸ ਦਿੱਤਾ ਸੀ ਉਹ ਟੈਕਸ ਗੌਰਮੈਂਟ ਨੇ ਲੈ ਕੇ ਬੈਂਕ ਵਿੱਚ ਜਮ੍ਹਾਂ ਕਰਾਇਆ ਬੈਂਕ ਵਾਲੇ ਚੱਕ ਕੇ ਉਹਨੂੰ ਲੋਨ ਦਿੱਤਾ ਲੋਨ ਲੈ ਕੇ ਉਹ ਫਰਾਰ ਹੋ ਗਿਆ ਤੁਸੀਂ ਹੱਸੋ ਹੀ ਕਰੋ ਹੈ ਇਹੀ ਸੋਚ ਹੈ ਤੁਹਾਡੀ ਇੱਥੇ ਪੁਲਿਸ ਚੈੱਕ ਕਰਦੀ ਹੈ ਸਾਹਿਬ ਸਾਡੇ ਗੱਡੀ ਦੇ ਕਾਗਜ਼ ਦੇਖਦੇ ਆ ਹੋਰ ਕੁਛ ਨਹੀਂ ਪੁੱਛਦਾ ਤੁਹਾਡੇ ਚੈੱਕ ਕਰਦੇ ਪੁਲਿਸ ਵਾਲੇ ਕੋਈ ਘਰ ਵਾਲੀ ਨੂੰ ਨਾਲ ਬਹਾਲਿਆ ਬੰਦਾ ਜਾ ਰਿਹਾ ਮੋਟਰਸਾਈਕਲ ਦੇ ਉੱਤੇ ਇੰਨੀਆਂ ਇਨਕੁਆਰੀਆਂ ਕਰਦੇ ਆ ਕਿੱਥੋਂ ਆਏ ਕੀ ਜਾਣਾ ਕਿੱਥੇ ਨੂੰ ਜਾਣਾ ਹੈ ਉਹ ਤੁਹਾਡੀ ਡਿਊਟੀ ਹੈ ਕਾਗਜ਼ ਚੈੱਕ ਕਰ ਦਿਓ ਚੈੱਕ ਕਰੋ ਕਾਗਜ਼ ਹੈ ਉਹ ਜਿੱਥੋਂ ਮਰਜ਼ੀ ਆਏ ਉਹਨਾਂ ਨੂੰ ਆ ਲੈਣ ਦਿਓ ਕੋਈ ਵੀ ਹੋਵੇ ਉਹਨਾਂ ਦੀ ਮਰਜ਼ੀ ਆ ਇੱਦਾਂ ਇੰਟਰਵਿਊ ਲੈਂਦੇ ਆ ਇਹਨਾਂ ਦਾ ਅਮਰੀਕਾ ਵਾਲੇ ਨਹੀਂ ਪੁੱਛਦੇ ਵੀਜ਼ਾ ਦੇਣ ਨੂੰ ਉਹ ਵੀ 10-12 ਸਵਾਲ ਪੁੱਛਦੇ ਆ ਤੁਸੀਂ ਘੰਟਾ ਘੰਟਾ ਪੁੱਛਗਿੱਛ ਲੱਗੇ ਹੋ ਕਰਨ ਉਹਨਾਂ ਨੂੰ 30 ਸਾਲ ਹੋ ਗਏ ਆਹ ਹੀ ਪੁੱਛਗਿੱਛ ਕਰਦੇ ਤੁਸੀਂ ਆਪਣੀ ਸੋਚ ਨਹੀਂ ਬਦਲਣੀ ਹੈ ਕੋਈ ਬੰਦਾ ਕੋਈ ਕੰਮ ਨਹੀਂ ਕਰ ਸਕਦਾ ਆਪਣਾ ਇਹਨਾਂ ਤੋਂ ਡਰਦੇ ਮਾਰੇ ਐਵੇਂ ਬਿਨਾਂ ਹੀ ਗੱਲ ਤੋਂ ਪੰਗਾ ਲਈ ਰੱਖਣਗੇ ਹੈ ਬਹਾਨੇ ਨਾਲ ਹੀ ਲੱਭਦੇ ਰਹਿੰਦੇ ਤੇਰੇ ਕੇਸ ਪਾ ਨੂੰ ਵਿਚਾਰੇ ਨੂੰ ਡਰਾਉਂਦੇ ਰਹਿੰਦੇ ਬਿਨਾਂ ਹੀ ਗੱਲ ਤੋਂ ਫਿਰ ਆ ਪਿੰਡ ਦੇਖ ਲਓ ਪਿੰਡਾਂ ਦੇ ਵਿੱਚ 3 ਖੇਤਾਂ ਵਿੱਚ ਪਿੰਡ ਹੈ 3.5 ਖੇਤਾਂ ਵਿੱਚ ਛੱਪੜ ਹੁੰਦਾ 2-2 ਛੱਪੜ ਹੈ ਉਹ ਛੱਪੜਾਂ ਨੂੰ ਪੂਰਦੇ ਹੋ ਉਹ ਵਿਚਾਰੇ ਆ ਜਿਹੜੇ ਮਾਝਵੀ ਸਿੱਖ ਹੈ ਬਾਲਮੀਕੀ ਜਾਂ ਹੋਰ ਕੋਈ ਬੰਦੇ ਆ ਉਹਨਾਂ ਨੂੰ 5-5, 10-10 ਮਾਰਲੇ ਦੇ ਦੋ ਉੱਦਾਂ ਵੀ ਕਿਸੇ ਮੰਤਰੀ ਨੇ ਆਪਣੇ ਨਾਲ ਕਰਾਈ ਲੈਣੇ ਆ ਹੈ ਕਿੰਨੇ ਉਹ 2-2.5 ਖੇਤਾਂ ਵਿੱਚ ਕਿੰਨੇ ਬੰਦੇ ਰਹਿਣ ਲੱਗ ਪੈਂਦੇ ਆ ਉਹਨਾਂ ਵਿਚਾਰਿਆਂ ਦੇ ਦੋ ਉਹਨਾਂ ਨੂੰ ਤੁਸੀਂ ਉੱਥੇ ਹੀ ਰੱਖਣਾ ਆ ਜਿੱਥੇ ਹੈਗੇ ਆ ਉਹਨਾਂ ਨੂੰ ਤਰੱਕੀ ਨਹੀਂ ਕਰਾਉਣੀ ਉਹਨਾਂ ਦੀ ਹੈ ਜਰਮਨ ਦੇ ਵਿੱਚ ਹਰ ਬੰਦਾ ਬਰਾਬਰ ਹਰ ਇੱਕੋ ਜਿਹਾ ਪੈਸੇ ਹੈ ਜਾਂ ਨਹੀਂ ਹੈ ਬੰਦਾ ਇੱਕੋ ਜਿਹਾ ਹੈ ਕਿਸੇ ਨੂੰ ਨਫ਼ਰਤ ਨਹੀਂ ਕਰਦੇ ਤੁਸੀਂ ਉਹੋ ਜਿਹੇ ਵੀ ਜਾਤਾਂ ਪਾਤਾਂ ਵਿੱਚ ਫਿਰੀ ਜਾਂਦੇ ਹੈ ਉਹ ਵੀ ਅੱਗੇ ਆ ਲੈਣ ਦਿਓ ਉਹਨਾਂ ਨੂੰ ਵੀ ਆ ਲੈਣ ਦਿਓ ਅੱਗੇ ਉਹ ਵੀ ਇਨਸਾਨ ਹੈ ਉਹ ਵੀ ਬੰਦੇ ਆ ਜਿੱਦਾਂ ਦੇ ਤੁਸੀਂ ਬੰਦੇ ਆ ਜੇ ਤੁਸੀਂ 2 ਗੱਡੀਆਂ ਲੈ ਰਹੇ ਆ ਉਹ ਮਾੜਾ ਬੰਦਾ ਜਾਂਦਾ ਉਹਦੇ ਬਾਰੇ ਦੇਖਦੇ ਨਹੀਂ ਹੈ ਕੌਣ ਵਾ ਹੈ ਉਹ ਇਨਸਾਨ ਇਨਸਾਨ ਹੀ ਨਹੀਂ ਸਮਝਦੇ ਤੁਸੀਂ ਬਾਹਰ ਆਏ ਹੋ ਤੁਸੀਂ ਇੱਦਾਂ ਕਰਦੇ ਤਾਂ ਤਰੱਕੀ ਨਹੀਂ ਹੋ ਰਹੀ ਇਸੇ ਕਰਕੇ ਨੀ ਤਰੱਕੀ ਹੋ ਰਹੀ ਉੱਥੇ ਮੇਰਾ ਜੀ ਕਰਦਾ ਨਾ ਪਿੰਡਾਂ ਦੇ ਵਿੱਚ ਜਿੱਦੇ ਗਰੀਬ ਗਰੂਬ ਜਿਹਾ ਰਹਿੰਦੇ ਆ ਇੱਕ ਵਾਰੀ ਪੂਰੇ ਬਲਡੋਜ਼ਰ ਫੇਰਾਂ ਸ਼ਹਿਰਾਂ ਵਿੱਚ ਫੇਰਾਂ ਬਲਡੋਜ਼ਰ ਜਿੱਥੇ ਬਾਸਤੀਆਂ ਜਿਹੀਆਂ ਬਣਾਈਆਂ ਚੰਗੀ ਤਰ੍ਹਾਂ ਟੌਪ ਦੇ ਮਕਾਨ ਬਣਾ ਕੇ ਦੇਵਾਂ ਜਿੱਦਾਂ ਦੇ ਇੱਥੇ ਜਾਰਮ ਸਾਡੇ ਕੋਲ ਪੈਸਾ ਹੈਗਾ ਹੀ ਆ ਸਾਡੇ ਕੋਲ ਤਾਂ ਬਥੇਰਾ ਪੈਸਾ ਪੈਸਾ ਫਿਰ ਇੱਦਾਂ ਹੀ ਲੈ ਕੇ ਨੱਠਣਾ ਹੁਣ ਜੋੜੀ ਜਾ ਇੱਕ ਬੀਜੇ ਮਾਲਿਆ ਲੈ ਕੇ ਨੱਠ ਦੂਗਾ ਫੇਰ ਉਹ ਪੈਸਾ ਹੈ ਇਹ ਗਰੀਬਾਂ ਦੇ ਖਾਤੇ ਚ ਨਾ ਪਾਇਓ ਤੁਸੀਂ ਇਹ ਤਰੱਕੀ ਨਾ ਕਰ ਜਾਣ ਮੈਨੂੰ ਕੋਈ ਲਾਲਚ ਨਹੀਂ ਹੈਗਾ ਪੈਸੇ ਦਾ ਮੈਂ ਇਸ ਕੰਟਰੀ ਵਿੱਚ ਰਹਿੰਦਾ ਤਾਂ ਮੈਂ ਕੋਈ ਪਿੱਛਾ ਦੇਖਦਾ ਆ ਵੀ ਚਲੋ ਮੇਰਾ ਜਨਮ ਉੱਥੇ ਦਾ ਹੋਇਆ ਤਾਂ ਸਾਡੇ ਹਾਲਾਤ ਇਹੀ ਆ ਜੋ ਸਾਡੀ ਆਹ ਕੰਟਰੀਆਂ 50 ਸਾਲਾਂ ਦੇ ਵਿੱਚ ਇੰਨੀਆਂ ਐਡਵਾਂਸ ਆ ਗਈਆਂ ਹੈ ਇੰਨੀ ਤਰੱਕੀ ਜਰਮਨ ਨੇ ਕੀਤੀ ਦੁਨੀਆ ਹਿਲਾ ਕੇ ਰੱਖ ਦਿੱਤੀ ਆ ਕਾਰਾਂ ਇਹਨਾਂ ਦੀਆਂ ਟਾਵਰੀਆਂ ਪੋਰਸ਼ੇ BMW ਆਡੀ ਮਰਸੀਡੀ ਫੋਕਸ ਵੈਗਨ ਓਪਲ ਹੈ ਟਰੱਕ ਬਣਾਉਂਦੇ ਆ ਇਹ ਬੰਦੇ ਇਮਾਨਦਾਰ ਹੈ ਰਿਸ਼ਵਤ ਖੋਰੀ ਨੀ ਕਿੱਥੇ ਪਹੁੰਚ ਗਏ ਤੁਸੀਂ 1 ਲੱਖ ਸਾਲ ਪਿੱਛੇ ਜਾ ਰਹੇ ਹੋ 1 ਲੱਖ ਸਾਲ ਪਿੱਛੇ ਇਹ ਅੱਗੇ ਆਉਂਦਾ ਤੇ ਤੁਸੀਂ ਬੈਕ ਆ ਰਹੇ ਬੈਕ ਜਾਈ ਜਾਵੋ ਤੁਹਾਡੀ ਸੋਚ ਪਿਛਲੀ ਆ ਪਿਛਲੀ ਸੋਚ ਉਹੀ ਸੋਚਣੀ ਆ ਤੁਸੀਂ ਆਪਣੇ ਦਿਮਾਗ ਤੋਂ ਕੰਮ ਨਹੀਂ ਲੈਣਾ ਹੈਗਾ ਹੈ ਇੱਥੇ ਨਿਆਣਾ 8 ਸਾਲ ਦਾ ਗੱਡੀ ਦੀ ਡੈਨਵੋ ਚੇਂਜ ਕਰ ਦਿੰਦਾ ਤੁਹਾਡੇ 16 ਸਾਲਾਂ ਦਾ ਪੇ ਦੀਆਂ ਲੱਤਾਂ ਵਿੱਚ ਲੱਤਾਂ ਹੀ ਪਸਾ ਕੇ ਸੁੱਤਾ ਰਹਿੰਦਾ ਪਾਪਾ ਮੈਨੂੰ ਕਦੋਂ ਮੋਟਰਸਾਈਕਲ ਲੈਣਾ ਜਾਂ ਤੁਹਾਡੇ 8 ਸਾਲ ਦਾ ਮੁੰਡਾ ਸਾਈਕਲ ਨੂੰ ਪੈਂਚਰ ਲਵਾਉਣ ਜਾਊਗਾ ਪੈਂਚਰ ਦੇ ਨੂੰ ਪੈਸੇ ਦੇ ਕੇ ਮਾਲਕ ਨੇ ਉਹਦੀ ਸਲੂਸ਼ਨ ਹੀ ਚੱਕ ਕੇ ਜੇਬ ਚ ਪਾ ਲਿਆਉਂਦਾ ਘਰ ਆ ਕੇ ਹੱਥਾਂ ਦੇ ਮਲੀ ਜਾਂਦਾ ਨਿਆਣ ਦੱਸਿਆ ਆਹ ਦੇ ਕਿੰਨੇ ਹੱਥ ਠਰੇ ਆ ਠਰਦੇ ਆ ਆਹ ਅਕਲ ਵਾ ਤੁਹਾਨੂੰ ਹੈ
ਫਿਰ ਇੱਕ ਬੰਦੇ ਕੋਲ ਇੱਥੇ 40-40 ਬੱਸਾਂ, 10-10 ਦੂਸਰੇ ਸ਼ਰਾਬ ਦੇ ਠੇਕੇ ਆ, 40 ਬੱਸਾਂ ਹੈ, ਉਹ ਕੀ ਕਰਦੀਆਂ? ਕੱਲੇ ਕੱਲੇ ਨੂੰ ਪਰਮਿਟ ਕਿਉਂ ਨਹੀਂ ਦਿੰਦੇ ਉਹਦਾ? ਉਹ 40 ਦਾ ਕੱਲਾ ਹੀ ਮਾਮਾ ਲੱਗਦਾ? ਉਹ ਅਮੀਰ ਹੋ ਜਾਂਦਾ, ਤੁਸੀਂ ਥੱਲੇ ਨੂੰ ਜਾਈ ਜਾਂਦੇ ਆ, ਕੱਲੇ ਕੱਲੇ ਨੂੰ ਪਰਮਿਟ ਕਿਉਂ ਨਹੀਂ ਦਿੰਦਾ? ਮੈਂ ਤਾਂ ਕੱਲੇ ਕੱਲੇ ਨੂੰ ਪਰਮਿਟ ਦੇਣੇ ਆ, 40 ਦੀਆਂ 40 ਬੱਸਾਂ ਖੋਹ ਕੇ, ਠੇਕੇ ਸਾਰੇ ਖੋਹ ਕੇ ਕੱਲੇ ਕੱਲੇ ਨੂੰ ਪਰਮਿਟ ਦਊਂਗਾ। ਮੇਰੀ ਜ਼ਿੰਦਗੀ 5-4 ਸਾਲ ਰਹਿ ਲਵੇ, ਮੇਰੇ ਮੈਂ ਰੱਬ ਕੋਲ ਕਹਿੰਦਾ ਮੈਂ 5-4 ਸਾਲ ਹੀ ਭਾਵੇਂ ਉਮਰ ਹੋਵੇ, ਵੱਧ ਦੀ ਮੈਨੂੰ ਕੋਈ ਜ਼ਰੂਰਤ ਨਹੀਂ। ਮੈਂ 5 ਸਾਲਾਂ ਵਿੱਚ ਉਹ ਤਬਾਹੀ ਮਚਾਉਣੀ ਆ, ਤੁਸੀਂ ਚੇਤੇ ਕਰੋਗੇ, ਤੁਹਾਨੂੰ ਮੈਂ ਦੱਸ ਦਿੱਤਾ, ਠੀਕ ਹੈ। ਬੰਦੇ ਮਜਬੂਰ ਹੋਈ ਜਾਂਦੇ, ਸਾਡੇ ਬਾਹਰ ਨੂੰ ਆਉਂਦੇ ਆ, ਜੇ 50-50 ਲੱਖ ਰੁਪਏ ਲਾ ਕੇ ਅਮੈਰੀਕਾ ਨੂੰ ਆਉਂਦੇ, 4 ਬੰਦੇ ਉੱਥੇ ਕੰਮ ਕਰ ਲੈਣ ਤੇ ਮਕਡੋਨਲ ਖੁੱਲ ਜਾਂਦਾ, 4 ਜਣੇ ਪੈਸਾ ਲਾ ਕੇ, ਥੋੜਾ ਜਿਹਾ ਬੈਂਕ ਤੋਂ ਲੋਨ ਲਾ ਕੇ। ਉਹ ਬਾਹਰ ਨੂੰ ਆਉਂਦੇ ਕਿਉਂਕਿ ਉੱਥੇ ਸਹੂਲਤ ਨਹੀਂ ਮਿਲਦੀ। ਸਾਨੂੰ ਸਹੂਲਤ ਚਾਹੀਦੀ ਆ, ਬੰਦੇ ਨੂੰ ਮਕਾਨ ਚਾਹੀਦਾ, ਕੰਮ ਚਾਹੀਦਾ, ਥੋੜਾ ਪੈਸਾ ਚਾਹੀਦਾ, ਇਹ ਸਹੂਲਤ ਚਾਹੀਦੀ ਆ, ਹੋਰ ਬਾਹਲੀ ਨਹੀਂ ਚਾਹੀਦੀ ਹੁੰਦੀ। ਇਹਦੇ ਵਿੱਚ ਬੰਦਾ ਜੀਂਦਾ ਜਿੱਦਾ ਜਰਮਨ ਦੇ ਵਿੱਚ, ਇਸੇ ਕਰਕੇ ਇੰਡੀਆ ਕਿਉਂ ਨਹੀਂ ਬਣ ਸਕਦਾ, ਪੰਜਾਬ ਕਿਉਂ ਨਹੀਂ ਬਣ ਸਕਦਾ ਇੱਧਰ ਬਣ ਕੇ, ਹੈਂ? ਪਹਿਲੇ ਨੰਬਰ ਤੇ ਪੰਜਾਬ ਨੂੰ 1 ਸਾਲ ਦੇ ਵਿੱਚ ਕਰ ਦੋ, ਠੀਕ ਹੈ ਕਿ ਨਹੀਂ? ਪਹਿਲੇ ਨੰਬਰ ਦੇ ਉੱਤੇ ਨਾ ਮੇਰੇ ਕੋਲ ਆਪਣੀ ਕੋਠੀ ਹੋਊਗੀ, ਨਾ ਮੈਂ ਬੋਡੀਗਾਰਡ ਕੋਈ ਰੱਖੂਗਾ, ਨਾ ਮੇਰੇ ਕੋਲ ਅਸਲਾ ਕੋਈ ਹੋਊਗਾ, ਠੀਕ ਹੈ। ਮੈਂ ਜਿਹੜਾ ਇੱਥੇ ਪੰਜਾਬ ਵਿੱਚ ਵੀ ਜਿਹਨਾਂ ਕੋਲ ਅਸਲਾ, ਪਹਿਲਾਂ ਮੈਂ ਅਸਲਾ ਬੰਦ ਕਰਾਉਣਾ, ਅਸਲਾ ਜਮ੍ਹਾਂ ਕਰਾਉਣਾ, ਕੋਈ ਨਹੀਂ ਮਿਲਣਾ ਜਿੱਦਾਂ ਬਾਹਰਲੀਆਂ ਕੰਟਰੀਆਂ ਵਿੱਚ ਪ੍ਰਾਈਵੇਟ ਅਸਲਾ ਕਿਸੇ ਕੋਲ ਵੀ ਹੈ ਨੀਗਾ, ਹੈ? ਉਹ ਪਹਿਲਾਂ ਮੈਂ ਬੰਦ ਕਰਾਉਣਾ, ਤਾਂਹੀਓ ਫਿਰ ਜਰਮਨੀ ਅਮੈਰੀਕਾ ਕੈਨੇਡਾ ਬਣੂਗਾ। ਜੇ ਅਸਲਾ ਅਸੀਂ ਲੈਂਦੇ ਹਾਂ, ਗੋਲੀ ਚਲਾ ਦਿੰਦੇ, ਕੋਈ ਡਾਂਗ ਸੋਟਾ ਮਾਰ ਦੋਗੇ ਤਾਂ ਬਚਾਅ ਹੋਜੂਗਾ, ਸਿੱਧੀਆਂ ਤੁਸੀਂ ਗੋਲੀਆਂ ਮਾਰਦੇ, ਤੁਹਾਨੂੰ ਅਸਲਾ ਰੱਖਣਾ ਆਉਂਦਾ ਹੀ ਨੀਗਾ, ਠੀਕ ਹੈ। ਅਸਲਾ ਘਰ ਰੱਖੀਦਾ ਹੁੰਦਾ, ਜੇ ਕੋਈ ਬਾਹਰੋਂ ਬੰਦਾ ਆਣ ਕੇ ਫਾਇਰ ਕਰੀਦਾ, ਤੁਸੀਂ ਗੱਡੀਆਂ ਵਿੱਚ ਲਿਜਾ ਕੇ ਬਦਮਾਸ਼ੀ ਕਰਦੇ ਆ ਸੜਕ ਦੇ ਉੱਤੇ ਜਾ ਕੇ, ਇਹ ਕਿਹੜਾ ਕੰਮ ਹੈ? ਬੰਗਿਆਂ ਤੋਂ ਲੈ ਕੇ ਨਾ, ਮੈਨੂੰ ਆਨੰਦਪੁਰ ਸਾਹਿਬ ਤੋਂ ਬਹੁਤ ਮੁੰਡਿਆਂ ਦੀ ਜਾਣੀ ਕਿ ਸਪੋਰਟ ਆ ਰਹੀ ਆ, ਬਹੁਤ ਬੰਦੇ ਮੇਰੇ ਫੈਨ ਬਣੇ ਆ, ਬਹੁਤ ਮੈਂ ਉਹਨਾਂ ਤਹਿ ਦਿਲੋਂ ਧੰਨਵਾਦ ਕਰਦਾ, ਆਪਣੇ ਨਿਆਣਿਆਂ ਨਾਲੋਂ ਵੀ ਜ਼ਿਆਦਾ, ਬਹੁਤ ਜਾਣੀ ਕਿ ਸਪੋਰਟ ਕਰਦੇ ਆ, ਤੇ ਮੈਂ ਵੀ ਉਹਨਾਂ ਦੀ ਪੂਰੀ ਸਪੋਰਟ ਕਰੂੰਗਾ, ਠੀਕ ਹੈ ਨਾ। ਮੈਂ 10 ਕੁ ਤੇ ਹੀ ਕਰਨੇ ਆ ਰੋਡ ਬਣਾਉਣ ਨੂੰ, ਠੀਕ ਹੈ ਨਾ। ਜਿਹੜੇ ਇੱਥੇ ਮੰਤਰੀ ਆ, ਇਹ 10 ਕੁ ਕਰਨ ਨੂੰ ਸ਼ਰਮ ਆਉਂਦੀ ਹੈ ਇਹਨਾਂ ਨੂੰ, ਇਹ 10 ਕੁ ਤੇ ਨਹੀਂ ਕਰ ਸਕਦੇ। ਕਿਉਂ ਨਹੀਂ ਕਰ ਸਕਦੇ? ਕੁੰਡੀ ਨਹੀਂ ਲੱਗਣੀ ਵਿੱਚੋਂ। ਮੈਂ ਸਿਰਫ 10 ਕੁ ਤੇ ਹੀ ਕਰਨੇ ਆ, ਠੀਕ ਹੈ। ਟੋਲ ਪਲਾਜ਼ਾ ਚੱਕ ਦੋ ਸਾਰੇ, ਜਿੰਨੇ ਜੇਲੀ ਸਾਰੇ ਰਿਹਾ ਜੇਲ੍ਹ ਦੇ ਮੰਤ, ਇੱਕ ਵਾਰੀ ਮੈਂ ਮੌਕਾ ਦੇ ਦੇਣਾ, ਕੋਈ ਗੱਲ ਨਹੀਂ, ਇਹਨਾਂ ਨੂੰ ਦੇ ਦਿਓ ਮੌਕਾ, ਕੁਛ ਨਹੀਂ ਕਰਦੇ, ਇੱਕ ਵਾਰੀ ਦੇ ਦਿਓ ਜੀਣ ਦਾ ਮੌਕਾ, ਕੋਈ ਗੱਲ ਨਹੀਂ, ਇਹ ਘੁੱਟ ਘੁੱਟ ਕੇ ਨਹੀਂ ਮਾਰਨੇ, ਜੇਲ੍ਹ ਦੇ ਵਿੱਚੋਂ ਰਿਹਾ ਕਰ ਦੇਣੇ, ਠੀਕ ਹੈ। ਬੰਗਿਆਂ ਤੋਂ ਲੈ ਕੇ ਆਨੰਦਪੁਰ ਸਾਹਿਬ ਨੂੰ 3 ਟਰੈਕ, ਜਿੱਦਣ ਕਾਸਮ ਕਿਤੇ ਖਾ ਲਈ ਨਾ ਗਲਤੀ ਦੇ ਨਾਲ, ਉਦਣ ਹੀ ਕੰਮ ਕਰ ਦੂੰਗਾ 10 ਕੁ ਤੋਂ, ਤਾਂ ਇੱਦਾਂ 3 ਟਰੈਕ ਉਦਣ ਹੀ ਚੱਲਣਗੇ ਬਲਡੋਜ਼ਰ ਉੱਥੇ, 3 ਟਰੈਕ ਡਾਇਰੈਕਟ ਆਨੰਦਪੁਰ ਸਾਹਿਬ ਨੂੰ, ਇੱਦਾਂ ਦੀ ਧਰਤੀ ਬਣਾਵਾਂਗਾ, ਇੱਦਾਂ ਦੇ ਪਿੰਡ ਬਣਾਵਾਂਗਾ, ਜਰਮਨੀ ਨਾਲੋਂ ਵੀ ਵਧੀਆ ਹੋਣਗੇ ਦੇਖਣ ਵਾਲੇ, ਕਿਉਂਕਿ ਮੈਂ ਇੱਥੇ ਰਿਹਾ ਹਾਂ। ਵੀਡੀਓ ਬਹੁਤ ਲੰਮੀ ਹੋ ਗਿਆ, ਤਹਿ ਦਿਲੋਂ ਧੰਨਵਾਦ ਕਰਦਾ, ਥੈਂਕ ਯੂ ਜੀ, ਬਾਏ ਬਾਏ ਜੀ।